ਡੀ ਫਾਰਮੇਸੀ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਵਿਜੇ ਕੁਮਾਰ ਬਾਂਸਲ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਉਹਨਾਂ ਦੇ ਸਾਥੀ ਨੇ ਇਸੇ ਡਿਪਾਰਟਮੈਂਟ ਦੇ ਵਿੱਚ ਹੀ ਉਹ ਕੰਮ ਕਰਦੇ ਨੇ ਕਰਮਜੀਤ ਜੀ ਸਰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਜਦੋਂ ਤੁਹਾਡੇ ਹੀ ਡਿਪਾਰਟਮੈਂਟ ਦਾ ਇੰਨੀ ਏਜ ਦਾ ਬੰਦਾ ਕਿਉਂਕਿ ਅਸੀਂ ਬੱਚੇ ਦੇਖ ਰਹੇ ਕਾਫੀ ਸਮੇਂ ਤੋਂ ਕਿਉਂਕਿ ਜਦੋਂ ਤੁਸੀਂ ਕਾਲ ਕੀਤੀ ਫਸਟ ਟਾਈਮ ਸਾਨੂੰ ਲੱਗਿਆ ਕਿ ਇਹ ਸਟੂਡੈਂਟ ਨਹੀਂ ਹੈ ਤੇ ਕਿਸ ਤਰ੍ਹਾਂ ਮਤਲਬ ਇਹਦਾ ਪਾਰਟਿਸਿਪੇਟ ਕਰਕੇ ਜਿੱਤ ਕੇ ਕਿਸ ਤਰ੍ਹਾਂ ਮਹਿਸੂਸ ਹੋਇਆ ਕਰਮਜੀਤ ਸਿੰਘ ਸਾਡੇ ਡਿਪਾਰਟਮੈਂਟ ਦੇ ਬਹੁਤ ਮਿਹਨਤੀ ਮੁਲਾਜ਼ਮ ਨੇ ਜੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਸਾਡੇ ਡਿਪਾਰਟਮੈਂਟ ਨਾਲ ਜੁੜੇ ਹੋਏ ਨੇ ਜੀ ਤੇ ਇਹਨਾਂ ਦੀ ਆਪਣੀ ਦਿਲੀ ਇੱਛਾ ਸੀ ਕਿ ਇਹ ਮਿਲਟਰੀ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਪਰ ਕੁਝ ਕਾਰਨਾਂ ਕਰਕੇ ਮਿਲਟਰੀ ਦੇ ਵਿੱਚ ਨਹੀਂ ਜਾ ਸਕੇ ਪਰ ਉਹ ਇਹਨਾਂ ਦੇ ਮਨ ਦੀ ਇੱਛਾ ਹਮੇਸ਼ਾ ਬਰਕਰਾਰ ਰਹੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੇਮਾਂ ਦੇ ਨਾਲ ਜੁੜਿਆ ਜਾਵੇ ਤੇ ਦੇਸ਼ ਲਈ ਕੁਝ ਕੀਤਾ ਜਾਵੇ ਜੀ ਤਾਂ ਹੁਣ ਜਦੋਂ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਗਵਰਨਮੈਂਟ ਨੇ ਸ਼ੁਰੂ ਕੀਤੀਆਂ ਜੀ ਤਾਂ ਪਹਿਲੇ ਦਿਨ ਤੋਂ ਲੈ ਕੇ ਇਹਨਾਂ ਦੇ ਮਨ 'ਚ ਉਤਸ਼ਾਹ ਸੀ ਕਿ ਮੈਂ ਇਹਨਾਂ ਦੇ ਵਿੱਚ ਪਾਰਟਿਸਿਪੇਟ ਕਰੂੰਗਾ ਇਸ ਨੇ ਪੂਰੇ ਉਤਸ਼ਾਹ ਨਾਲ ਵੱਖ-ਵੱਖ ਗੇਮਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਰੇਸਿਸ ਦੇ ਵਿੱਚ ਲੌਂਗ ਜੰਪ ਦੇ ਵਿੱਚ ਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਡੇ ਲਈ ਮਾਣ ਦੀ ਗੱਲ ਹੈ ਸਾਡੀ ਪੂਰੀ ਸੰਸਥਾ ਲਈ ਤੇ ਸਾਡੀ ਮੈਨੇਜਮੈਂਟ ਕਮੇਟੀ ਲਈ ਕਿ ਇਹਨੇ ਲੌਂਗ ਜੰਪ ਦੇ ਵਿੱਚ ਪੰਜਾਬ ਦੇ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ ਜਿਹਦੇ ਲਈ ਅਸੀਂ ਇਹਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਇਹਦੇ ਉਚੇਰੇ ਭਵਿੱਖ ਲਈ ਅੱਛੇ ਭਵਿੱਖ ਲਈ ਅਸੀਂ ਕਾਮਨਾ ਕਰਦੇ ਹਾਂ ਸਰ ਜੇ ਮੈਰਿਜ ਲਾਈਫ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਕਿ 3 ਬੱਚੇ ਆ ਫਿਰ ਵੀ ਮੈਨੇਜ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਦੇਖੋ ਜੀ ਆਪਣੇ ਜੋ ਲਿਮਿਟਡ ਰਿਸੋਰਸਸ ਹੈਗੇ ਉਹਨਾਂ ਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਵੀ ਇਹ ਜਿੰਨਾ ਇਹਨਾਂ ਤੋਂ ਬਣ ਪਾ ਰਿਹਾ ਹੈ ਇਹਨਾਂ ਦੀ ਇੱਕ ਲੜਕੀ ਨੇ ਬੀਏ ਕੀਤੀ ਹੈ ਦੂਸਰੀ ਲੜਕੀ ਦੀ ਸਾਡੀ ਡੀ ਫਾਰਮੇਸੀ ਦੇ ਵਿੱਚ ਐਡਮਿਸ਼ਨ ਕਰਵਾਈ ਹੈ ਤੇ ਉਹਦੇ ਵਿੱਚ ਇਹ ਆਪਣੀ ਖੇਤੀ ਦੀ ਥੋੜੀ ਬਹੁਤੀ ਹੈਲਪ ਹੋ ਰਹੀ ਹੈ ਇਹਨਾਂ ਦੀ ਤੇ ਆਪਣੇ ਐਜ ਏ ਮੁਲਾਜ਼ਮ ਸਾਡੇ ਕੋਲੋਂ ਜੋ ਤਨਖਾਹ ਲੈਂਦੇ ਆ ਉਹਦੇ ਵਿੱਚ ਆਪਦਾ ਵਧੀਆ ਗੁਜ਼ਰ ਬਸਰ ਕਰ ਰਹੇ ਜੀ ਜੀਵੀਐਸ ਟਾਈਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਜਗਵੀਰ ਆਜ਼ਾਦ ਸਵਾਗਤ ਕਰਦਾ ਖੇਡਾਂ ਮਨੁੱਖ ਦਾ ਅਨਿੱਖੜਵਾਂ ਅੰਗ ਹਨ ਚਾਹੇ ਕੋਈ ਵੀ ਉਮਰ ਕਿਉਂ ਨਾ ਹੋਵੇ ਅੱਜ ਕੱਲ੍ਹ ਦੇ ਬਰਨਾਲਾ ਦੀ ਗੱਲ ਕਰੀਏ ਤਾਂ ਸਮੇਂ-ਸਮੇਂ ਤੇ ਬੱਚਿਆਂ ਲਈ ਅਜਿਹੀਆਂ ਗਤੀਵਿਧੀਆਂ ਕਰਦੇ ਰਹਿੰਦਾ ਜਿਸ ਦੇ ਨਾਲ ਬੱਚਿਆਂ ਦੇ ਵਿੱਚ ਸਰੀਰਕ ਵਿਕਾਸ ਤੇ ਮਾਨਸਿਕ ਵਿਕਾਸ ਹੁੰਦਾ ਰਹਿੰਦਾ ਸੋ ਪਿਛਲੇ ਦਿਨੀ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਸਟੇਟ ਲੈਵਲ ਦੀਆਂ ਜਿਹੜੀਆਂ ਗੇਮਾਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਕਰਮਜੀਤ ਰਾਇਸਰ ਤੋਂ ਜਿਹੜੇ ਨੇ ਇੱਥੇ ਲੈਬ ਟੈਕਨੀਸ਼ੀਅਨ ਨੇ ਉਹਨਾਂ ਨੇ ਜਿਹੜੀ ਆ ਪ੍ਰਾਪਤੀ ਕੀਤੀ ਆ ਸੋ ਗੱਲ ਕਰਦੇ ਉਹਨਾਂ ਦੇ ਨਾਲ ਸਰ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਜੀ ਮੈਚ ਨੂੰ ਲੈ ਕੇ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਐਕਸਪੀਰੀਅੰਸ ਸੇਮ ਮੰਨ ਕੇ ਚਲੋ ਵੀ ਪਹਿਲਾਂ ਤਾਂ ਬਹੁਤ ਮਤਲਬ ਕਿ ਆਪਣਾ ਆਪ ਨੂੰ ਕਨਫਿਊਜ਼ਨ ਮਹਿਸੂਸ ਹੋ ਰਿਹਾ ਸੀ ਜੀ ਜਦੋਂ ਮੈਚ ਆ ਮਤਲਬ ਕਿ ਇਹ ਕਾਫੀ ਸਾਰੇ ਜ਼ਿਲ੍ਹੇ ਦੇ ਹੋਵੇ ਬਿਨਾਂ ਪ੍ਰੈਕਟਿਸ ਤੋਂ ਪ੍ਰੈਕਟਿਸ ਕੀਤਿਆਂ ਨੂੰ ਵੀ 22-23 ਸਾਲ ਹੋ ਗਏ ਮਤਲਬ ਆਪਣੇ ਸਕੂਲ ਟਾਈਮ ਦੇ ਵਿੱਚ ਐਥਲੈਟਿਕਸ ਕਰਦਾ ਹੁੰਦਾ ਸੀ ਮੈਂ ਜੀ ਤੋ ਉਸ ਤੋਂ ਬਾਅਦ ਮੈਨੂੰ ਸੋਚਿਆ ਵੀ ਕਦੇ ਕੋਈ ਲੇਵਲ ਹੈ ਮਤਲਬ ਕਿ ਜਿਵੇਂ 20 ਸਾਲ ਤੋਂ ਬਾਅਦ ਵੀ ਐਥਲੈਟਿਕਸ ਵੀ ਹੁੰਦੀ ਨਹੀਂ ਹੈਗੀ ਤੋ ਯਾਨੀ ਵੀ ਥੋੜ੍ਹਾ ਮਾਰਗਦਰਸ਼ਕ ਨਹੀਂ ਹੋਇਆ ਜੀ ਤੇ ਹੁਣ ਜਦੋਂ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਜੀ ਵੀ ਕਿਸੇ ਵੀ ਲੇਵਲ ਦਾ ਵਿੱਚ ਵੀ ਆਪਾਂ ਜਿਵੇਂ ਮੰਨ ਲਓ ਵੀ 14 ਅੰਡਰ 14 ਅੰਡਰ 17 ਅੰਡਰ 20 50 ਤੱਕ 21 ਤੋਂ ਲੈ ਕੇ 40 ਜੀ 41 ਤੋਂ 50 50 ਤੋਂ 60 ਐਂਡ ਅਬਵ ਜੀ ਤੋ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਸੀ ਤੇ ਆਪਣੇ ਮਤਲਬ ਕਿ ਜੋ ਪ੍ਰਤਿਭਾ ਉਹਨੂੰ ਦਰਸਾ ਸਕਦੇ ਸੀ ਤੋ ਯਾਨੀ ਵੀ ਆਪਣੇ ਅੰਦਰ ਜਨੂੰਨ ਤਾਂ ਹੈਗੇ ਸੀ ਵੀ ਐਥਲੈਟਿਕਸ ਦੇ ਪਲੇਅਰ ਰਹੇ ਹਾਂ ਪਹਿਲਾਂ ਵੀ ਸਕੂਲ ਟਾਈਮ ਦੇ ਵਿੱਚ ਜੀ ਤੋ ਪ੍ਰੈਕਟਿਸ ਤਾਂ ਹੋਈ ਨਹੀਂ ਸੀ ਪ੍ਰੈਕਟਿਸ ਛੱਡੀ ਨੂੰ ਤਾਂ ਬਹੁਤ ਟਾਈਮ ਹੋ ਗਿਆ ਜੀ ਜੀ ਚਲੋ ਬਲਾਕ ਪੱਧਰ 'ਤੇ ਅਸੀਂ 100 ਮੀਟਰ 'ਚ ਵੀ ਹਿੱਸਾ ਲਿਆ ਜੀ ਦੋ ਈਵੈਂਟਸ ਵਿੱਚ ਆਪਾਂ ਪਾਰਟੀਸਪੇਟ ਕਰ ਸਕਦੇ ਸੀ ਜੀ ਅਤੇ ਪਲੱਸ ਲੌਂਗ ਜੰਪ ਫਿਰ ਮੈਂ ਲੈ ਲਈ ਜੀ ਵੈਸੇ ਮੇਰਾ ਈਵੈਂਟ ਦਾ 100 ਮੀਟਰ ਅਤੇ 200 ਮੀਟਰ ਹੈ ਮੇਨ ਮੈਨੂੰ ਐਂ ਹੋ ਗਿਆ ਵੀ ਆਪਣੀ ਪ੍ਰੈਕਟਿਸ ਹੈ ਨਹੀਂ ਅਤੇ ਜੇ 100 ਮੀਟਰ ਅਤੇ 200 ਮੀਟਰ ਜੇ ਆਪਾਂ ਪਾਰਟੀਸਪੇਟ ਕਰਾਂਗੇ ਤਾਂ ਮਤਲਬ ਹਿੱਟਾਂ ਬਹੁਤ ਹੋ ਜਾਣਗੀਆਂ ਜੀ ਬਿਨਾਂ ਪ੍ਰੈਕਟਿਸ ਤੋਂ ਵੀ ਮਸਲਸ ਪੇਨਸ ਵਗੈਰਾ ਹੋ ਸਕਦੇ ਆ ਤੋ ਇੱਕ ਮੈਂ ਲੌਂਗ 100 ਮੀਟਰ ਤਾਂ ਪਾਰਟੀਸਪੇਟ ਕੀਤਾ ਜੀ ਨਾਲ ਮੈਂ ਮਾੜੀ ਮੋਟੀ ਮੇਰੀ ਜੰਪ ਹੈਗੀ ਆ ਤੋ ਮੈਂ ਪਲੱਸ ਇੱਕ ਲੌਂਗ ਜੰਪ ਚੂਜ਼ ਕਰ ਲਿਆ ਜੀ ਨਹੀਂ ਬਲਾਕ ਪੱਧਰ ਦੇ ਵਿੱਚ ਚਲੋ ਆਪਣਾ ਵਧੀਆ ਰਿਹਾ ਜੀ 100 ਮੀਟਰ 'ਚ ਵੀ ਫਸਟ ਰਹੇ ਹਾਂ ਲੌਂਗ ਜੰਪ 'ਚ ਵੀ ਫਸਟ ਰਹੇ ਹਾਂ ਜੀ ਉਸ ਤੋਂ ਬਾਅਦ ਆਪਣੇ ਜ਼ਿਲ੍ਹਾ ਲੈਵਲ ਦੇ ਵਿੱਚ ਵੀ ਆਪਣਾ ਨਾਮ ਆਇਆ ਜੀ ਬਲਾਕ ਲੈਵਲ ਜਿੱਤ ਕੇ ਆਏ ਸੀ ਤੋ ਜ਼ਿਲ੍ਹੇ ਲੈਵਲ 'ਤੇ 100 ਮੀਟਰ ਦੇ ਵਿੱਚ ਬਹੁਤ ਟਫ ਕੰਪਟੀਸ਼ਨ ਸੀਗਾ ਜੀ ਸਾਰੇ ਮਤਲਬ ਜਿਹੜੇ ਕੈਂਡੀਡੇਟ ਸੀਗੇ ਪਲੇਅਰ ਸੀਗੇ ਬਰਾਬਰ ਦੇ ਸੀ ਸਾਰੇ ਜੀ ਜੀ ਤੋ ਉਹਦੇ ਵਿੱਚੋਂ ਮਤਲਬ ਕਿ 100 ਮੀਟਰ ਰੇਸ ਦੇ ਵਿੱਚੋਂ ਜਿਹੜੀ ਮੇਨ ਈਵੈਂਟ ਸੀਗੀ ਆਪਣੀ ਉਹ ਥਰਡ ਆਏ ਸੀ ਜੀ ਅਤੇ ਲੌਂਗ ਜੰਪ 'ਚੋਂ ਫਸਟ ਆਏ ਸੀ ਜੀ ਜ਼ਿਲ੍ਹੇ ਪੱਧਰ 'ਤੇ ਉਸ ਤੋਂ ਬਾਅਦ
15 तरीक तो लैके 22 तरीक तक संगरूर हो रही हैं स्टेट लैवल दी जी। तो वो 20 तरीक नूं सीगी अंडर 41-50 जिम एथलेटिक्स कल इवेंट सी लोंग जंप का अपना क्योंकि जो फर्स्ट पोजीशन पार्टिसिपेट है 41-50 दे विच की। हाँ जी 41-50 है जी। ਜ਼ਿਲ੍ਹੇ ਪੱਧਰ ਤੇ ਜਿਹੜੇ ਫਸਟ ਆਏ ਸੀ ਪੋਜੀਸ਼ਨ ਸੀ ਉਹਨਾਂ ਦੀ ਮਤਲਬ ਉਹੀ ਪਾਰਟੀਸਪੇਟ ਕਰ ਸਕਦੇ ਸੀਗਾ ਤੇ ਆਪਣੇ ਫਿਰ 100 ਮੀਟਰ 'ਚ ਤਾਂ ਆਪਾਂ ਥਰਡ ਪੋਜੀਸ਼ਨ ਆਈ ਸੀ ਇਸ ਕਰਕੇ 100 ਮੀਟਰ ਆਪਾਂ ਗਾਂ ਪਾਰਟੀਸਪੇਟ ਨਹੀਂ ਕਰ ਸਕਦੇ ਸੀ ਜੀ। ਉਹ ਲੌਂਗ ਜੰਪ ਦੇ ਵਿੱਚ ਸੀਗਾ ਆਪਣਾ ਹੁਣ ਸਾਰੇ ਪੰਜਾਬ ਤੋਂ ਸਾਰੇ ਹੀ ਆਏ ਸੀਗੇ 22 ਜਣੇ ਸੀਗੇ ਜੀ ਜੀ 22 ਜਣਾਂ ਨੇ ਪਾਰਟੀਸਪੇਟ ਕੀਤਾ ਸੀਗਾ ਜੀ। ਉਹਦੇ ਵਿੱਚੋਂ ਫਿਰ ਤੁਸੀਂ ਮੰਨ ਕੇ ਲਓ ਵੀ ਪਹਿਲਾਂ ਕਹਿੰਦੇ ਵੀ ਆਪਣਾ ਬੈਸਟ 8 ਕੱਢਣੇ ਆਪਾਂ ਜੀ। ਬੈਸਟ 8 ਦੇ ਵਿੱਚ ਫਿਰ ਆਪਣਾ ਨਾਮ ਆ ਗਿਆ ਸੀਗਾ ਜੀ। ਉਹਦੇ ਵਿੱਚੋਂ ਵੀ ਸੈਕਿੰਡ ਪੋਜੀਸ਼ਨ ਹੀ ਸੀਗੀ ਆਪਣੀ ਜਦੋਂ ਬੈਸਟ 8 ਕੱਢਿਆ ਜੀ। ਤੇ ਜਦੋਂ ਫਾਈਨਲ ਹੋਇਆ ਜੀ ਬੈਸਟ 8 ਵਿੱਚੋਂ ਉਸ ਵਿੱਚੋਂ ਜਿਹੜਾ ਪਹਿਲਾ ਜੰਪ ਸੀਗਾ ਜੀ ਮੇਰਾ ਉਹ ਮਤਲਬ ਉਹਨਾਂ ਪੂਰਾ ਵੱਜਿਆ ਜੀ ਜਿਹੜਾ ਮੈਂ ਆਪਣੇ ਪਹਿਲਾ ਮਾਰਿਆ ਆਪਣਾ ਹੀਟ ਦੇ ਵਿੱਚ ਜੀ ਉਹਦੇ ਉਹਨਾਂ ਵੱਜਿਆ ਨਹੀਂ। ਅਤੇ ਜਿਹੜਾ ਸੈਕਿੰਡ ਜੰਪ ਹੋਇਆ ਜੀ ਉਹ ਮੇਰੇ ਸਟੈਪ ਦੀ ਪਜਲਿੰਗ ਕਰਕੇ ਉਹ ਵੀ ਮਤਲਬ ਕਿ ਡਾਊਨ ਰਹਿ ਗਿਆ। ਹੁਣ ਉਸ ਟਾਈਮ ਮੇਰੀ ਪੋਜੀਸ਼ਨ 4th ਬਣ ਰਹੀ ਸੀ ਜੀ ਅਤੇ ਜੰਪ ਮੇਰਾ ਲਾਸਟ ਰਹਿ ਗਿਆ ਸੀ ਜੀ। ਅਤੇ ਲਾਸਟ ਪੋਜੀਸ਼ਨ ਦੇ ਵਿੱਚ ਫਿਰ ਥੋੜ੍ਹਾ ਕਨਫਿਊਜ਼ ਹੋਇਆ ਮਤਲਬ ਕਿ ਆਪਣਾ ਬੰਦਾ ਆਪਣੇ ਆਪ ਨੂੰ ਮਤਲਬ ਕਿ ਡਰ ਜਿਹਾ ਰਹਿੰਦਾ ਵੀ ਆਪਾਂ ਪੋਜੀਸ਼ਨ ਹਾਸਲ ਕਰਾਂਗੇ ਕਿ ਨਹੀਂ ਕਰਾਂਗੇ ਨਹੀਂ ਕਰਾਂਗੇ। ਚਲੋ ਪਰਮਾਤਮਾ ਨੇ ਬਾਂਹ ਫੜੀ ਆਪਣੀ ਪਰਮਾਤਮਾ ਦਾ ਨਾਂ 'ਤੇ ਆਇਆ ਆਪਾਂ ਜੀ ਜੀ। ਅਤੇ ਜਦੋਂ ਜੰਪ ਲਾਇਆ ਜੀ ਆਪਣਾ ਬੈਸਟ ਵੱਜ ਗਈ ਜੀ ਜੀ। ਅਤੇ ਸਿਰਫ 2 ਸੈਂਟੀਮੀਟਰ ਦੇ ਫਰਕ ਨਾਲ ਆਪਣਾ ਗੋਲਡ ਰਹਿ ਗਿਆ ਜੀ 2 ਸੈਂਟੀਮੀਟਰ ਦੇ ਫਰਕ ਜੀ। ਮਤਲਬ ਅੱਗੇ ਤੋਂ ਹੋਰ ਤਿਆਰੀ ਕਰੋਗੇ ਤੁਸੀਂ? ਹਾਂ ਚਲੋ ਹੁਣ ਅਸੀਂ ਪ੍ਰੈਕਟਿਸ ਕਰਾਂਗੇ ਜੀ ਜੀ। ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ। ਹੁਣ ਆਪਣੇ ਜਮੀਤ ਹੇਅਰ ਜੀ ਆਪਣੇ ਆਏ ਸੀ SD ਕਾਲਜ ਵਿੱਚ ਉਹਨਾਂ ਨੇ ਕਿਹਾ ਸੀ ਵੀ ਆਏ ਸਾਲ ਵੀ ਬੈਸਟ ਕਰਾਂਗੇ ਜੀ ਅਤੇ ਆਏ ਸਾਲ ਗੇਮਾਂ ਹੋਇਆ ਕਰਨਗੀਆਂ। ਅਤੇ ਮਨ ਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਸੁਣ ਕੇ ਜਮੀਤ ਹੇਅਰ ਜੀ ਦੀ। ਅਤੇ ਅਸੀਂ ਪ੍ਰੈਕਟਿਸ ਜਾਰੀ ਰੱਖਾਂਗੇ ਅਤੇ ਮੈਂ 100 ਮੀਟਰ ਵੀ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕਰੂੰਗਾ। ਲੌਂਗ ਜੰਪ ਵੈਸੇ ਮੇਰੀ ਗੇਮ ਤਾਂ ਨਹੀਂ ਸੀ ਮਤਲਬ ਇਹਦੇ ਵਿੱਚ ਮੈਨੂੰ ਮੈਡਲ ਮਿਲਿਆ ਅਤੇ ਮੈਂ ਇਹਦੇ ਵਿੱਚ ਵੀ ਪ੍ਰੈਕਟਿਸ ਰੱਖੂੰਗਾ। ਤੁਹਾਨੂੰ ਉਮੀਦ ਸੀ ਉਹਦੇ 'ਚੋਂ ਆਇਆ ਨਹੀਂ? ਉਹਦੇ 'ਚੋਂ ਆਇਆ ਨਹੀਂ। ਹਾਂਜੀ ਜਿਹਦੇ ਸੋਚਿਆ ਉਹਦੇ 'ਚੋਂ ਆ ਉਹ 'ਚੋਂ ਆ ਗਿਆ ਮੈਡਲ ਜੀ। ਅਤੇ ਹੁਣ ਮਤਲਬ ਇਹਨੂੰ ਵੀ ਮੈਂ ਲੌਂਗ ਜੰਪ ਦੇ ਵਿੱਚ ਵੀ ਪ੍ਰੈਕਟਿਸ ਕਰੂੰਗਾ ਜੀ ਅਤੇ 100 ਮੀਟਰ 'ਤੇ ਜ਼ੋਰ ਦਊਂਗਾ ਜੀ। ਜਿਸ ਤਰ੍ਹਾਂ ਤੁਹਾਡੀ ਜੋਬ ਦੀ ਗੱਲ ਕਰੀਏ ਤੁਸੀਂ ਲੈਬ ਟੈਕਨੀਸ਼ੀਅਨ ਹੋ ਬਰਨਾਲਾ SD ਕਾਲਜ ਦੇ ਡੀ ਫਾਰਮੈਸੀ ਡਿਪਾਰਟਮੈਂਟ, ਇਹਨਾਂ ਨੇ ਕਿਸ ਤਰ੍ਹਾਂ ਛੁੱਟੀ ਦਿੱਤੀ ਤੁਹਾਨੂੰ? ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਉਹ ਜਦੋਂ ਫਸਟ ਟਾਈਮ ਦੀਪਕ ਜੀ ਨੇ ਤੁਹਾਡੇ ਨਾਲ ਗੱਲ ਕੀਤੀ ਸੀ, ਮੈਂ ਕਿਹਾ ਜੀ ਕੌਣ ਸਟੂਡੈਂਟ ਨੇ? ਔਰ ਸੀਰੀਅਸਲੀ ਸਾਨੂੰ ਨਹੀਂ ਲੱਗਦਾ ਤੁਹਾਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਸਟੂਡੈਂਟ ਹੋਵੋਗੇ, ਪਰ ਬਹੁਤ ਵੱਡੀ ਗੱਲ ਆ। ਅਤੇ ਮੈਂ ਤੁਸੀਂ ਇਹ ਦੱਸੋ ਸਾਨੂੰ ਕਿ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਫਿਰ, ਕਿਉਂਕਿ ਡਿਊਟੀ ਵੀ ਜ਼ਰੂਰੀ ਹੈ। ਡਿਊਟੀ ਬਹੁਤ ਜ਼ਰੂਰੀ ਹੈ ਜੀ, ਤੁਹਾਡੀ ਗੱਲ ਜਮਾਂ ਸਹੀ ਹੈ ਜੀ ਬਿਲਕੁਲ। ਡਿਊਟੀ ਐਂ ਜਦੋਂ ਆਪਣੇ ਮਨ ਦੇ ਵਿੱਚ ਮਤਲਬ ਕਿ ਕੁਛ ਕਰਨ ਦਾ ਜਨੂਨ ਹੋਵੇ ਜੀ ਅਤੇ ਉਹ ਸਾਰੇ ਕੰਮ ਛੱਡ ਕੇ ਜੀ ਮੈਂ ਪ੍ਰਿੰਸੀਪਲ ਸਾਹਿਬ ਤੋਂ ਛੁੱਟੀ ਮਤਲਬ ਕਿ ਆਪਣੇ ਕੈਜੂਅਲ ਲੀਵ ਅਪਲਾਈ ਕੀਤੀ ਜੀ। ਇਹਨਾਂ ਨੇ ਕਿਹਾ ਜੀ ਤੁਸੀਂ ਜ਼ਰੂਰ ਜਾਓ ਵੀ ਗੇਮਸ ਮਤਲਬ ਤੁਸੀਂ ਪਾਰਟੀਸਪੇਟ ਕੀਤਾ ਤੁਸੀਂ ਵੀ ਮੈਡਲ ਲੈ ਕੇ ਜ਼ਰੂਰ ਆਉਂਗੇ। ਇਹਨਾਂ ਨੇ ਪੂਰਾ ਕੌਨਫੀਡੈਂਸ ਸੀ ਮੇਰੇ 'ਤੇ, ਇਹਨਾਂ ਨੂੰ ਸਾਰੇ ਸਟਾਫ ਨੂੰ ਸੀ, ਸਾਰੇ ਕਾਲਜ ਨੂੰ ਸੀ, ਕਾਲਜ ਮੈਨੇਜਮੈਂਟ ਨੂੰ ਵੀ ਸੀਗੇ ਜੀ। ਅਤੇ ਇਹਨਾਂ ਨੇ ਮੈਨੂੰ ਛੁੱਟੀ ਦਿੱਤੀ ਜੀ ਅਤੇ ਛੁੱਟੀ ਲੈ ਕੇ ਫਿਰ ਮੈਂ ਪਾਰਟੀਸਪੇਟ ਕੀਤਾ ਅਤੇ ਆਪਣਾ ਮੈਡਲ ਲਿੱਤਾ। ਇਹਨਾਂ ਦੀ ਉਮੀਦਾਂ ਦੇ ਖਰਾ ਉਤਰਾ ਜੀ। ਕਰਮਜੀਤ ਜੀ ਤੁਹਾਡੀ ਨਿੱਜੀ ਲਾਈਫ ਦੀ ਕਰੀਏ ਤਾਂ ਤੁਸੀਂ ਮੈਰਿਜ ਕਦੋਂ ਕਰਾਈ, ਤੁਹਾਡੇ ਕਿੰਨੇ ਬੱਚੇ ਨੇ? ਮੈਰਿਜ ਲਾਈਫ ਮੇਰੀ ਮੈਂ 2001 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਜੀ। ਅਤੇ ਉਸ ਤੋਂ ਬਾਅਦ ਮੇਰੇ 2 ਬੇਟੀਆਂ ਨੇ ਜੀ ਜੀ, ਇੱਕ ਬੇਟਾ ਜੀ। ਬੇਟੀਆਂ ਮੇਰੀਆਂ ਵੱਡੀਆਂ ਨੇ ਜੀ, ਬੇਟਾ ਛੋਟਾ ਜੀ। ਬੇਟੀ ਵੀ ਮੇਰੀ SD ਕਾਲਜ ਦੇ ਵਿੱਚੋਂ ਗ੍ਰੈਜੂਏਸ਼ਨ ਪਾਸ ਕਰ ਚੁੱਕੀ ਹੈ ਜੀ। ਅਤੇ ਜਿਹੜੀ ਛੋਟੀ ਬੇਟੀ ਹੈ ਉਹ +2 ਨੋਨ ਮੈਡੀਕਲ ਪਾਸ, ਦੋਨਾਂ ਬੇਟੀਆਂ ਨੋਨ ਮੈਡੀਕਲ ਪਾਸ ਕੀਤੀ ਹੈ ਜੀ ਵਧੀਆ ਮਾਰਕਸ ਨਾਲ, ਵਧੀਆ ਪ੍ਰਸੈਂਟੇਜ ਨਾਲ ਜੀ। ਅਤੇ ਛੋਟੀ ਬੇਟੀ ਹੈ ਜਿਹੜੀ ਉਹਨੂੰ ਮੈਂ ਹੁਣ +2 ਤੋਂ ਬਾਅਦ ਆਪਣੇ ਡੀ ਫਾਰਮੇਸੀ ਡਿਪਾਰਟਮੈਂਟ ਵਿੱਚ ਐਡਮਿਸ਼ਨ ਲਵਾਈ ਜੀ। ਅਤੇ ਜਿਹੜੀ ਵੱਡੀ ਬੇਟੀ ਹੈ ਉਹ ਗ੍ਰੈਜੂਏਸ਼ਨ ਪਾਸ ਕਰਕੇ ਜੀ। ਅਤੇ ਅੱਗੇ ਵੀ ਮੈਂ ਉਹ ਮੈਨੂੰ ਕਹਿੰਦੇ ਮੈਂ IELTS ਕਰਨੀ ਵੀ ਬਾਹਰ ਜਾਣਾ, ਅਤੇ ਹੁਣ ਇਸ ਟਾਈਮ ਉਹ IELTS ਕਰ ਰਹੀ ਹੈ। ਜਿਸ ਤਰ੍ਹਾਂ ਤੁਸੀਂ ਦੇਖੋ ਇੰਨੀ ਉਮਰ ਦੇ ਵਿੱਚ ਤੁਹਾਡਾ 2001 ਦੇ ਵਿੱਚ ਮੈਰਿਜ ਹੋਈ ਆ, 21 ਸਾਲ ਬਾਅਦ ਵੀ ਤੁਸੀਂ ਐਕਟਿਵ ਰੱਖਿਆ ਹੋਇਆ ਆਪਣੇ, ਤੁਹਾਨੂੰ ਨਹੀਂ ਲੱਗਦਾ ਕਿ ਬੱਚਿਆਂ ਨੂੰ ਤੁਹਾਡੇ ਨੂੰ ਖੇਡ ਵਾਲੇ ਪਾਸੇ ਲਾਇਆ ਜਾ ਰਿਹਾ? ਮੇਰਾ ਬੱਚੇ ਖੇਡ ਵਾਲੇ ਪਾਸੇ ਹੈਗੇ ਜੀ ਉਹ ਥੋੜ੍ਹੇ, ਕਿਉਂਕਿ ਐਂ ਹੋ ਗਿਆ ਜੀ ਮੈਨੂੰ ਐਂ ਵੀ ਚਲੋ ਬੇਟੀਆਂ ਥੋੜ੍ਹੇ ਜਿਹਾ ਕਰਦੀਆਂ ਨੇ ਉਹ ਮਤਲਬ ਕਿ ਪਾਰਟੀਸਪੇਟ, ਛੋਟੀ ਬੇਟੀ ਤਾਂ ਮੇਰੀ ਕਰਦੀ ਆ ਉਹ ਐਥਲੈਟਿਕਸ ਦੇ ਵਿੱਚ ਹੈਗੀ ਆ, ਵੱਡੀ ਬੇਟੀ ਗੇਮਸ ਕਨੀ ਮਤਲਬ ਇੰਟਰਸਟ ਲਿਆ ਨਹੀਂ ਉਹਨਾਂ ਨੇ।
ਜਿਹੜੀ ਛੋਟੀ ਬੇਟੀ ਹੈ ਉਹ ਪਾਰਟਿਸਪੇਟ ਕਰਦੀ ਹੈ ਐਥਲੈਟਿਕਸ ਦੇ ਵਿੱਚ ਜੀ, ਅਤੇ ਬੇਟਾ ਵੀ ਮੇਰਾ ਪੂਰਾ ਇੰਟਰਸਟਿਡ ਹੈ ਜੀ, ਆਪਣੇ ਉਹ KVS ਬਰਨਾਲਾ ਵਿੱਚ ਪੜ੍ਹਦਾ ਮੇਰਾ ਬੇਟਾ ਜੀ। ਕੌਣ ਬਣੇਗਾ ਕਰੋੜਪਤੀ ਵਾਲੇ 'ਚ? ਨਹੀਂ ਜੀ, ਕੇਂਦਰੀ ਵਿਦਿਆਲਿਆ ਬਰਨਾਲਾ ਜੀ। ਓਕੇ ਓਕੇ, ਅਤੇ ਉਹਦੇ ਵਿੱਚ 6th ਕਲਾਸ ਪੜ੍ਹਦਾ ਜੀ ਜੀ ਜੀ। ਸੰਗਰੂਰ ਦੀਆਂ ਗੇਮਾਂ, ਸਟੇਟ ਲੈਵਲ ਦੀਆਂ ਗੇਮਾਂ ਦੀ ਗੱਲ ਕਰੀਏ ਤਾਂ ਜਦੋਂ ਤੁਸੀਂ ਉੱਥੋਂ ਜਿੱਤ ਕੇ ਆਏ ਸੀ ਅਤੇ ਜਿਹੜੇ ਤੁਹਾਡੇ ਡਿਪਾਰਟਮੈਂਟ ਦਾ ਰਿਐਕਸ਼ਨ ਕਿੱਦਾਂ ਦਾ ਸੀ? ਡਿਪਾਰਟਮੈਂਟ ਬਹੁਤ ਖੁਸ਼ ਹੋਇਆ ਜੀ। ਅਤੇ ਜਦੋਂ ਮੈਂ ਦੱਸਿਆ ਜੀ, ਸਭ ਤੋਂ ਪਹਿਲਾਂ ਡਿਪਾਰਟਮੈਂਟ ਦੇ ਸਟਾਫ ਨੂੰ ਦੱਸਿਆ ਜੀ, ਪ੍ਰਿੰਸੀਪਲ ਸਾਹਿਬ ਨੂੰ ਦੱਸਿਆ ਜੀ, ਆਪਣੇ ਸੁਪਰਡੈਂਟ ਸਾਹਿਬ ਨੂੰ ਦੱਸਿਆ ਜੀ, ਆਪਣੇ ਟੀਚਰ ਸਾਹਿਬਾਨ ਸਾਹਿਬਾਨ ਨੇ ਸਾਰਿਆਂ ਨੂੰ ਦੱਸਿਆ ਜੀ ਜੀ। ਬਹੁਤ ਖੁਸ਼ ਹੋਏ ਜੀ ਸਾਰੇ ਜਣੇ, ਸਾਰਿਆਂ ਨੇ ਬਹੁਤ ਵਧੀਆ ਵਧਾਈਆਂ ਦਿੱਤੀਆਂ ਜੀ ਮੈਨੂੰ। ਅਤੇ ਤੁਸੀਂ ਯਕੀਨ ਨਹੀਂ ਮੰਨਣਾ ਜੀ, ਮਤਲਬ ਮੇਰੇ ਮਤਲਬ ਇਸ ਪੁਜੀਸ਼ਨ ਨੂੰ ਸ਼ੇਅਰ ਬਹੁਤ ਕੀਤਾ ਇਹਨਾਂ ਨੇ ਗਾ ਅੱਗੇ ਦੇ ਕੇ, ਵੀ ਇਹ ਬਹੁਤ ਤੋਂ ਬਹੁਤ ਪਤਾ ਲੱਗੇ ਅੱਗੇ, ਇਹ ਸ਼ੇਅਰ ਬਹੁਤ ਕੀਤਾ ਇਹਨਾਂ ਨੇ ਜੀ। ਸੋ ਕਰਮਜੀਤ ਜੀ, ਸਾਡੇ ਵੱਲੋਂ ਦੁਆਵਾਂ ਤੁਹਾਨੂੰ, ਅੱਗੇ ਵੀ ਤੁਸੀਂ ਤਰੱਕੀ ਕਰੋ। ਮੈਂ ਚਾਹੁੰਦਾ ਆਖਿਰ ਤੇ ਤੁਹਾਡੀ ਉਮਰ ਦੇ, ਕਿਉਂਕਿ ਅੱਜ ਦੀ ਨੌਜਵਾਨੀ ਦੀ ਗੱਲ ਕਰੀਏ ਤਾਂ ਆਫਟਰ ਪਲੱਸ ਟੂ ਬਾਹਰ ਭੱਜ ਰਹੀ ਹੈ ਜੀ, ਜਿਵੇਂ ਤੁਸੀਂ ਕਿਹਾ ਕਿ ਤੁਹਾਡੀ ਬੇਟੀ ਵੀ ਕਹਿ ਰਹੀ ਹੈ ਪਾਪਾ ਮੈਂ ਬਾਹਰ ਜਾਣਾ, ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਭਵਿੱਖ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਜੇ ਗੱਲ ਕਰੀਏ ਨੌਜਵਾਨੀ ਦੇ ਨਸ਼ਿਆਂ ਪਾਸੇ ਲੱਗੀ ਹੋਈ ਹੈ, ਤਾਂ ਉਹਨਾਂ ਨੂੰ ਤੁਹਾਡੇ ਵਾਂਗੂ ਫਿੱਟ ਰਹਿਣ ਲਈ ਕੀ ਕਰਨਾ ਚਾਹੀਦਾ? ਦੇਖੋ ਜੀ, ਆਪਣਾ ਡੇਲੀ ਰੂਟੀਨ ਆ ਉਹ ਬਣਾਉਣਾ ਪਊਗਾ। ਪਹਿਲੀ ਗੱਲ ਤਾਂ ਟਾਈਮ ਟੇਬਲ ਹੈ ਜ਼ਰੂਰੀ। ਸਭ ਤੋਂ ਵੱਡੀ ਗੱਲ ਤਾਂ ਜੀ ਮੋਰਨਿੰਗ ਟਾਈਮ ਆਪਣੇ ਆਪਾਂ ਉੱਠਦੇ ਹਾਂ ਜੀ, ਉਹ ਆਪਾਂ ਵੀ ਮੰਨ ਕੇ ਚੱਲੋ ਵੀ 4 ਵਜੇ ਆਪਾਂ ਨੂੰ ਉੱਠਣਾ ਚਾਹੀਦਾ। ਅੱਜ ਕੱਲ੍ਹ ਇਹ ਵੀ ਮੋਬਾਈਲ ਦੇ ਵੀ ਜ਼ਿਆਦਾ ਬਿਜੀ ਹੈ ਅੱਜ ਦੀ ਜਨਰੇਸ਼ਨ, ਅਤੇ ਇਸ ਕਰਕੇ ਉਹ ਮਤਲਬ ਰਾਤ ਨੂੰ ਜ਼ਿਆਦਾ ਟਾਈਮ ਮੋਬਾਈਲਾਂ ਦੇ ਰਹਿੰਦੇ ਨੇ, ਸਵੇਰੇ ਉਹ ਲੇਟ ਉੱਠਦੇ ਨੇ, ਉਹਨਾਂ ਦੀ ਫਿਟਨੈਸ ਸਰੀਰ ਦੀ ਉਹੀ ਰਹਿੰਦੀ ਨੇ। ਜੇ ਬੰਦਾ ਮਤਲਬ ਸਵੇਰੇ ਜਲਦੀ ਉੱਠੂਗਾ, ਮੋਰਨਿੰਗ ਵਾਕ ਲਈ ਵੀ ਟਾਈਮ ਕੱਢੂਗਾ ਜੀ, ਅਤੇ ਪਰਮਾਤਮਾ ਦਾ ਨਾਮ ਵੀ ਲਊਗਾ ਜੀ ਅੱਧਾ ਘੰਟਾ, ਜਿੰਨਾ ਵੀ ਮਤਲਬ ਟਾਈਮ ਲੈ ਦੇ ਸਕਦਾ ਜੀ ਜੀ। ਅਤੇ ਮੋਰਨਿੰਗ ਵਾਕ ਕਰੂਗਾ ਜੀ, ਉਹਦੀ ਫਿਟਨੈਸ ਰਹੂਗੀ ਆਪਣੇ। ਆਪਾਂ ਜੇ ਵੀ ਵੱਧ ਤੋਂ ਵੱਧ ਐਂ ਸੋਚੀਏ ਵੀ ਰਿਲੈਕਸ ਵਾਲੇ ਪਾਸੇ ਨੂੰ ਨਾ ਜਾਈਏ ਆਪਾਂ, ਵੀ ਮਤਲਬ ਵੀ ਆਪਣੇ ਸਰੀਰ ਨੂੰ ਰਿਲੈਕਸ ਮਿਲਦੀ ਹੈ ਆਪਾਂ ਵੀ ਢੋ ਲਾ ਕੇ ਬਹਿ ਜਾਈਏ, ਜਾਂ ਮਤਲਬ ਵੀ ਆਪਾਂ ਕਹਿ ਦਈਏ ਵੀ ਰਿਲੈਕਸ ਮਿਲਦੀ ਆਪਾਂ ਵੀ ਆਹ ਕੰਮ ਤੋਂ ਵੀ ਆਹ ਕੰਮ ਕਰਨਾ, ਵੀ ਇਹ ਵੱਧ ਰਿਲੈਕਸੇਸ਼ਨ ਆਪਾਂ ਨੂੰ, ਅਤੇ ਕੰਮ ਕੋਈ ਵੀ ਹੈ ਕੋਈ ਮਾੜਾ ਨਹੀਂ ਹੁੰਦਾ ਜੀ, ਅਤੇ ਆਪਣੇ ਸਰੀਰ ਨੂੰ ਮਤਲਬ ਫਿਟਨੈਸ ਰੱਖੋ ਵੀ ਹਾਂ ਵੀ ਕੋਈ ਵੀ ਕਹਿੰਦਾ ਵੀ ਆਹ ਕੰਮ ਕਰਨਾ ਤਾਂ ਵੀ ਮਿੰਟ 'ਚ ਕਰੋ ਜੀ। ਵੀ ਮੈਂ SD ਕਾਲਜ ਵਿੱਚ ਲੈਬ ਟੈਕਨੀਸ਼ੀਅਨ ਲੈਬ ਅਟੈਂਡੈਂਟ ਦੇ ਤੌਰ 'ਤੇ ਮਤਲਬ ਇੱਥੇ ਅਪੁਆਇੰਟਮੈਂਟ ਹੋਇਆ ਸੀ ਜੀ, ਪਰ ਮੈਂ ਨਹੀਂ, ਮੈਨੂੰ ਨੌਲੇਜ ਹੈਗੀ ਸੀ ਜੀ, ਮੇਰੇ ਫਾਦਰ ਸਾਹਿਬ ਆਰਮੀ 'ਚੋਂ ਕਲੈਰੀਕਲ ਦੀ ਪੋਸਟ 'ਤੇ ਸੀਗੀ ਜੀ, ਅਸੀਂ ਉਹ ਰਿਟਾਇਰ ਸੀ ਸੂਬੇਦਾਰ ਕਲਰਕ, ਅਤੇ ਮਤਲਬ ਕਿ ਕਲੈਰੀਕਲ ਦੇ ਮਾੜੇ ਮੋਟੇ ਮਤਲਬ ਮੈਨੂੰ ਨੌਲੇਜ ਹੈਗੀ ਸੀ ਜੀ, ਅਤੇ ਸ਼ੁਰੂ ਤੋਂ ਵੀ ਲੈ ਕੇ ਵੀ ਐਡਮਿਨਿਸਟ੍ਰੇਸ਼ਨ ਜਿਹੜਾ ਬਲੋਕ ਹੈ ਸੁਪਰਡੈਂਟ ਸਾਹਿਬ ਨੇ ਸਾਡੇ, ਇਹਨਾਂ ਨੇ ਮੈਨੂੰ ਪੂਰਾ ਸਪੋਰਟ ਕੀਤਾ ਜੀ, ਪੂਰਾ ਕੰਮ ਸਿਖਾਇਆ ਵੀ ਹੈ ਜੀ, ਮੈਂ ਲੈਬ ਅਟੈਂਡੈਂਟ ਦੀ ਜੋਬ ਦੇ ਨਾਲ ਨਾਲ ਕਲੈਰੀਕਲ ਦਾ ਕੰਮ ਵੀ ਕੀਤਾ ਜੀ ਸ਼ੁਰੂ ਤੋਂ ਲੈ ਕੇ ਜੀ, ਅਤੇ ਉਸੇ ਬਦੌਲਤ ਪਿਛਲੇ ਸਾਲ ਮੈਨੂੰ ਮਤਲਬ ਕਿ ਕਲੈਰੀਕਲ ਦੇ ਕੰਮ ਲਈ ਅਪੁਆਇੰਟ ਵੀ ਕੀਤਾ ਗਿਆ ਜੀ। ਕੁੱਲ ਮਿਲਾ ਕੇ ਪੂਰੇ ਕਾਲਜ ਦਾ ਤੁਹਾਡਾ, ਤੁਹਾਡੇ ਨਾਲ ਪੂਰਾ ਸਾਥ ਹੈ ਜੀ? ਹਾਂਜੀ ਪੂਰਾ ਬਿਲਕੁਲ ਜੀ ਜੀ। ਚਲੋ ਸ਼ੁਕਰੀਆ ਤੁਸੀਂ JVS ਟਾਈਮ ਚੈਨਲ ਨੂੰ ਟਾਈਮ ਦਿੱਤਾ ਜੀ। ਥੈਂਕ ਯੂ। ਸੋ ਇਹ ਸਨ ਕਰਮਜੀਤ ਜੀ, ਜਿਹੜੇ ਪਿਛਲੇ ਦਿਨੀ ਸਟੇਟ ਲੈਵਲ ਦੀਆਂ ਗੇਮਾਂ ਦੇ ਵਿੱਚੋਂ ਉਹਨਾਂ ਨੇ ਵੱਖ ਵੱਖ ਗੇਮਾਂ ਦੇ ਵਿੱਚ ਪਾਰਟੀਸਪੇਟ ਕਰਕੇ ਜਿਹੜਾ ਜਿੱਤ ਹਾਸਲ ਕੀਤੀ ਹੈ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਅੱਜ ਦਾ ਜਿਹੜਾ ਇੰਟਰਵਿਊ ਵਧੀਆ ਲੱਗਿਆ ਹੋਵੇਗਾ। ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਲੋਕ ਮੈਰਿਡ ਨੇ ਉਹ ਇਹਨਾਂ ਨੂੰ, ਇਹਨਾਂ ਤੋਂ ਸਬਕ ਲੈ ਸਕਦੇ ਨੇ ਕਿ 3 ਬੱਚੇ ਹੋਣ ਦੇ ਬਾਵਜੂਦ ਵੀ ਉਹ ਅੱਜ ਵੀ ਪਾਰਟੀਸਪੇਟ ਕਰ ਰਹੇ ਨੇ। ਸੋ ਜਿਹੜੇ ਸਵੇਰੇ ਉੱਠਣ ਦੇ ਵਿੱਚ ਜਿਹੜੇ ਹੈਗੇ ਸੁਸਤੀ ਧਾਰ ਲੈਂਦੇ ਨੇ ਜਾਂ ਕਹਿ ਲਈਏ ਕਿ ਉਹਨਾਂ ਦਾ ਮਨ ਨਹੀਂ ਕਰਦਾ, ਤਾਂ ਬਹੁਤ ਸਾਰੇ ਇਹਨਾਂ ਨੇ ਟਿਪਸ ਤੁਹਾਡੇ ਨਾਲ ਸਾਂਝੇ ਕੀਤੇ ਆ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਫਿੱਟ ਰਹਿਣ ਦੇ ਲਈ ਜਿਹੜੇ ਇਹਨਾਂ ਦੇ ਦੱਸੇ ਹੋਏ ਨੁਕਤੇ ਨੇ ਉਹ ਅਪਲਾਈ ਕਰੋਗੇ ਆਪਣੇ ਆਪ 'ਤੇ, ਅਤੇ ਆਉਣ ਵਾਲਾ ਫਿਊਚਰ ਆ ਉਹਨੂੰ ਜਿਹੜਾ ਹੈਗਾ ਵਧੀਆ ਢੰਗ ਨਾਲ ਗੁਜ਼ਾਰੋਗੇ।